ਹੈਲੋ एवरीवन ਜਿਵੇਂ ਤੁਸੀਂ ਸਾਰੇ ਜਾਣਦੇ ਹੋ ਮਾਸਟਰ ਕੈਡਨ ਮੈਥ ਦਾ ਰਿਜ਼ਲਟ ਆ ਚੁੱਕਿਆ ਹੈ ਕੱਟਆਫ ਵੀ ਆ ਚੁੱਕੀ ਹੈ ਤਾਂ ਉਹਦੀ ਜੋ ਫਰਸਟ ਕਾਉਂਸਲਿੰਗ ਹੈ 31/10 ਨੂੰ ਹੋ ਚੁੱਕੀ ਹੈ ਇਸ ਤੋਂ ਇਲਾਵਾ ਜੋ ਆਪਣੇ ਕੋਲ 2 ਤਰੀਕ ਨੂੰ ਕਾਉਂਸਲਿੰਗ ਹੈ ਹੋਣ ਜਾ ਰਹੀ ਹੈ ਠੀਕ ਹੈ ਤਾਂ ਇਸ ਤੋਂ ਬਾਅਦ ਕਾਫੀ ਬੱਚਿਆਂ ਦਾ ਜਿਹੜਾ ਨੰਬਰ ਨਹੀਂ ਆਇਆ ਤਾਂ ਉਹ ਸੋਚ ਰਿਹਾ ਕਿ ਸੈਕਿੰਡ ਰਾਉਂਡ ਕਾਉਂਸਲਿੰਗ ਹੋਏਗੀ ਕਿ ਨਹੀਂ ਹੋਏਗੀ ਦੇਖੋ ਸੈਕਿੰਡ ਰਾਉਂਡ ਕਾਉਂਸਲਿੰਗ ਵੀ ਆਏਗੀ ਥਰਡ ਰਾਉਂਡ ਕਾਉਂਸਲਿੰਗ ਵੀ ਆਏਗੀ ਤਾਂ ਇੰਦੀ ਕੱਟਆਫ ਜਿਹੜੀ ਆ ਉਹ ਆਪਾਂ ਤੁਹਾਨੂੰ ਇਹਦੇ ਜੋ 31 10 ਦੀ ਕਾਉਂਸਲਿੰਗ ਹੋਈ ਹੈ ਉਹਦੇ ਬੇਸ ਤੇ ਦੱਸਦੇ ਆ ਕਿ ਕਿੱਥੋਂ ਤੱਕ ਜਿਹੜੀ ਹੈ ਕੱਟਆਫ ਜਾ ਸਕਦੀ ਹੈ ਇਸ ਤੋਂ ਪਹਿਲਾਂ ਆਪਣੀਆਂ ਦੋ ਵੀਡੀਓ ਆ ਚੁੱਕੀਆਂ ਜਿੰਨੇ ਵਿੱਚ ਫਰਸਟ ਚ ਤੁਹਾਨੂੰ ਦੱਸਿਆ ਸੀਗੇ ਰਿਜ਼ਲਟ ਕਿੰਨੀ ਨੂੰ ਆਏਗਾ 25 ਨੂੰ ਵੀਡੀਓ ਆਪਾਂ ਦਿੱਤੀ ਸੀ ਜਿੰਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਆਪਣਾ ਰਿਜ਼ਲਟ ਜੋ ਹੈ 26 ਤੋਂ ਬਾਅਦ ਆ ਜਾਏਗਾ ਤਾਂ ਇਸ ਤੋਂ ਇਲਾਵਾ ਜੋ ਆਪਾਂ ਐਕਸਪੈਕਟਿਡ ਕੱਟਆਫ ਬਣਾਈ ਸੀ ਉਹੀ सेम ਆਪਣੀ ਜਿਹੜੀ ਆ origignal cut off ਹੈ ਉਹਦੇ ਨਾਲ ਮੈਚ ਕਰਦੀ ਹੈ ਠੀਕ ਹੈ ਤੁਹਾਨੂੰ ਮੈਂ ਕਿਹਾ ਸੀ ਜਨਰਲ ਦੇ 95 ਤੋਂ 100 ਤੱਕ ਜਾਣਗੇ ਤਾਂ ਆਪਣੀ ਜੋ ਫਰਸਟ ਕਾਉਂਸਲਿੰਗ ਦੀ ਹੈ ਉਹਦੇ ਵਿੱਚ ਆਪਣੇ ਕੋਲ ਜੋ ਮਾਰਕਸ ਗਏ ਹੈ ਜਨਰਲ ਦੇ ਉਹ 96 ਗਏ ਹੈ ਠੀਕ ਹੈ ਤਾਂ ਇਹਦੇ ਬੇਸ ਤੇ ਅੱਜ ਆਪਾਂ ਤੁਹਾਨੂੰ ਸੈਕੰਡ 라ਉਂਡ ਕਾਉਂਸਲਿੰਗ ਬਾਰੇ ਦੱਸਾਂਗੇ ਦੇਖੋ ਜੋ 31/10 ਨੂੰ ਕਾਉਂਸਲਿੰਗ ਹੋਈ ਹੈ ਤਾਂ ਉਹਦੇ ਵਿੱਚ ਕਾਫੀ ਕੈਂਡੀਡੇਟ ਐਬਸੈਂਟ ਪਾਏ ਗਏ ਹੈ ਤਾਂ ਪਹਿਲੇ ਜੋ ਆਪਾਂ ਲਿਸਟਾਂ ਦੇਖਦੇ ਆ ਇਹ ਜੋ ਹੈ ਜੋ ਕਾਉਂਸਲਿੰਗ ਪਲੇਸ ਹੈ Outra oh, informação é, e lista de ajo pese ਉਹ ਵਾਰ ਵੋਲ ਤੇ ਡਿਸਪਲੇ ਕੀਤੇ ਹੁੰਦੇ ਆ ਤਾਂ ਉਹਦੇ ਵਿੱਚ ਜੋ ਪੇਜ ਨੰਬਰ 1 ਚ ਹੈ ਜਿੱਥੇ ਆਪਾਂ ਨੂੰ ਕੈਟਾਗਰੀ ਵੀ ਸ਼ੋ ਹੋ ਰਹੀ ਹੈ ਠੀਕ ਹੈ ਤਾਂ ਇੱਥੇ ਜਿਵੇਂ ਹੁਣ ਆਪਣੇ ਕੋਲ ਹੈ ਨੇਮ ਦੱਸਿਆ ਹੋਇਆ ਹੈ ਡੇਟ ਆਫ ਬਰਥ ਕੈਟਾਗਰੀ ਨੇਮ ਦੱਸਿਆ ਥੈਨ ਆਪਣੇ ਕੋਲ ਦੱਸਿਆ ਹੈ ਕਿ ਟੋਟਲ ਮਾਰਕਸ ਕਿੰਨੇ ਹੈ ਜਿਵੇਂ ਇੱਥੇ ਆਪਣੇ ਕੋਲ 102 ਵਾਲੇ ਹੈ 101 ਵਾਲੇ ਹੈ ਠੀਕ ਹੈ ਇਸ ਲਿਸਟ ਸ਼ੋ ਹੋ ਰਿਹਾ ਤਾਂ ਇੱਥੇ ਆਪਣੇ ਕੋਲ ਜੋ ਕਮੇਟੀ ਬਿਠਾਈ ਹੈ ਕਿਹੜੀ ਕਮੇਟੀ ਕੋਲ ਇਹਨਾਂ ਨੇ ਜਾਣਾ ਹੈ 7 ਕੋਲ 6 ਕੋਲ ਠੀਕ ਹੈ ਨਾਲ ਹੀ ਇੱਥੇ ਜੋ ਹੈ ਆਪਣੇ ਕੋਲ ਕਾਸਟ ਮੈਂਸ਼ਨ ਕੀਤੀ ਇਹ ਡੀਓਜੀ ਆਸਕੀਨ ਨੇ ਆ ਬੀਸੀ ਕਿਨੇ ਜਰਨਲ ਕਿੱਥੇ ਹੈ ਠੀਕ ਹੈ ਤਾਂ ਇਹਦੇ ਬੇਸ ਤੇ ਆਪਾਂ ਜੋ ਹੈ ਸੈਕਿੰਡ ਰਾਉਂਡ ਜੋ ਕਾਉਂਸਲਿੰਗ ਆਏਗੀ ਉਹਦਾ ਆਪਾਂ ਪੈਟਰਨ ਤਿਆਰ ਕੀਤਾ ਦੇਖੋ ਇਹ ਸੀ ਲਿਸਟ 3110 ਦੀ ਉੱਪਰ ਮੈਂਸ਼ਨ ਕੀਤਾ ਨਾ ਮਾਸਟਰ ਕੈਡਰ 4168 ਸਬਜੈਕਟ ਕੀ ਹੈ ਮੈਥ ਹੈ ਜੋ 3110 ਨੂੰ ਕਾਉਂਸਲਿੰਗ ਹੋਈ ਹੈ ਇਹ ਉਹਦੀਆਂ ਲਿਸਟਾਂ ਹੈ ਮੈਂ ਤਾਂ ਦੇਖੋ ਇਹਦੇ ਵਿੱਚ ਸਾਫ਼-ਸਾਫ਼ ਆਪਾਂ ਜੋ ਹੈ ਕੈਟਾਗਰੀ ਆਪਾਂ ਨੂੰ ਸ਼ੋ ਹੋ ਰਹੀ ਹੈ ਤਾਂ ਕਿੰਨੀ ਕੈਟਾਗਰੀ ਦੀ ਕਿੱਥੋਂ ਤੱਕ ਜੋ ਕਾਉਂਸਲਿੰਗ ਚ ਨੰਬਰ ਆ ਚੁੱਕਿਆ ਤਾਂ ਉਸ ਦੇ ਬੇਸ ਤੇ ਆਪਾਂ ਜੋ ਹੈ ਸੈਕੰਡ ਲਿਸਟ ਤਿਆਰ ਕਰਾਂਗੇ ਠੀਕ ਹੈ ਇਹ origignal image ਹੈ ਜੋ ਕਾਉਂਸਲਿੰਗ ਟਾਈਮ ਵਾਲ ਤੇ ਡਿਸਪਲੇ ਕੀਤੀ ਜਾਂਦੀ ਹੈ ਦੇਖੋ ਆਪਣੇ ਕੋਲ ਸਬਜੈਕਟ ਹੈ ਮੈਥ ਤਾਂ 오픈 ਜੋ ਕੈਂਡੀਡੇਟਸ ਨੂੰ ਕਾਲ ਕੀਤੇ ਗਏ ਆ ਉਹ 98 ਐਂਡ ਅਬੋਵ ਮਾਰਕਸ ਜੋ ਹੈ ਉਹ ਕੈਂਡੀਡੇਟ ਕਾਲ ਕੀਤੇ ਗਏ ਆ ਹੁਣ ਜੋ ਸੈਕੰਡ ਰਾਉਂਡ ਕਾਉਂਸਲਿੰਗ ਹੋਏਗੀ ਉਹਦੇ ਵਿੱਚ ਆਪਣੇ ਕੋਲ ਕਿੰਨੇ ਦਾ ਕੱਟਆਫ ਜਾ ਸਕਦੀ ਹੈ ਦੇਖੋ ਜਿਵੇਂ ਕਿ ਆਪਾਂ ਨੂੰ ਪਤਾ ਜੋ ਫਰਸਟ ਰਾਉਂਡ ਕਾਉਂਸਲਿੰਗ ਹੋਈ ਹੈ ਆਪਣੇ ਕੋਲ ਜੋ ਪੋਸਟਾਂ ਦੀ ਕਾਊਂਟਿੰਗ ਸੀ ਉਹ ਆਪਣੇ ਕੋਲ ਇੱਥੇ ਮੈਂਸ਼ਨ ਕੀਤੀ ਹੋਈ ਹੈ 342 ਹੈ ਠੀਕ ਹੈ ਤਾਂ ਐਸਸੀ ਐਮ ਬੀ ਐਸ ਆਰ ਉਹ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਸਾਰੇ ਬੁਲਾ ਲੈ ਜਾਣਗੇ ਮੇਨ ਕੱਟ ਆਫ ਕਿੰਦੀ ਬਣੇਗੀ ਜਰਨਲ ਈ ਡਬਲਯੂ ਐਸ ਐਂਡ ਬੀ ਸੀ ਡੀ ਬਣੇਗੀ ਬਾਕੀ ਸਾਰੇ ਕੈਂਡੀਡੇਟ ਐਸ ਸੀ ਜਾਂ ਆਪਣੇ ਕੋਲ ਆਰਥੋ ਹੋਗੇ ਜਾਂ ਬੀ ਸੀ ਈ ਐਸ ਐਮ ਹੋਗੇ ਇਹ ਸਾਰੇ ਕੈਂਡੀਡੇਟ ਬੁਲਾਏ ਗਏ ਆ ਠੀਕ ਹੈ ਤਾਂ ਜਰਨਲ ਆਪਣੇ ਕੋਲ 3 ਜਿਹੜੀਆਂ categories ਬਚ ਜਾਂਦੀਆਂ ਇੱਕ ਜਰਨਲ ਐ ਈ ਡਬਲਯੂ ਐਸ ਐਂਡ ਬੀ ਸੀ ਬਚ ਜਾਂਦੀਆਂ ਤਾਂ ਆਪਣੇ ਕੋਲ ਟੋਟਲ ਜੋ ਹੈ ਜਰਨਲ ਦੀਆਂ 342 ਪੋਸਟਾਂ ਸੀ ਜਿੰਦੇ ਵਿੱਚ ਆਪਣੇ ਕੋਲ 1519 ਬੱਚਿਆਂ ਨੂੰ ਕਾਲ ਕੀਤਾ ਗਿਆ ਠੀਕ ਹੈ ਰੈਂਕ ਵਾਈਜ਼ ਲਿਸਟ ਤੁਹਾਡੇ ਕੋਲ ਹੋਣੀ ਹੈ ਉਹਦੇ ਬੇਸ ਤੇ ਆਪਾਂ ਦੇਖ ਸਕਦੇ ਹਾਂ ਕਿ ਜੋ 590 ਸਟੂਡੈਂਟ ਹੈ ਉਹ ਬੁਲਾਏ ਗਏ ਆ ਤਾਂ ਇਹਦੇ ਵਿੱਚੋਂ ਵੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਕਾਫੀ ਕੈਂਡੀਡੇਟ ਜੋ ਐਕਸਟਰਾ ਬੁਲਾ ਲਏ ਜਾਂਦੇ ਆ ਕਿਉਂ ਬੁਲਾਏ ਜਾਂਦੀ ਹੈ ਕਿਉਂਕਿ ਕਾਫੀ ਬੱਚੇ ਜੋ ਹੈ ਲੈਂਗੁਏਜ ਚੂਜ਼ ਕਰਦੇ ਆ ਜਾਂ ਸਾਇੰਸ ਸਬਜੈਕਟ ਚੂਜ਼ ਕਰਦੇ ਆ ਜਾਂ ਬੱਚੇ ਐਬਸੈਂਟ ਵੀ ਹੁੰਦੇ ਆ ਤਾਂ ਇਸ ਕਰਕੇ ਹੁਣ ਕਾਉਂਸਲਿੰਗ ਸ਼ੈਡਿਊਲ ਇਸ ਢੰਗ ਦਾ ਆ ਰਿਹਾ ਹੈ ਕਿ ਪਹਿਲਾਂ ਹੀ ਜ਼ਿਆਦਾ ਬੱਚਿਆਂ ਨੂੰ ਕਾਲ ਕਰ ਲਈ ਜਾਂਦੀ ਹੈ ਬਟ ਇਨ ਦਾ ਮੀਨਿੰਗ ਇਹ ਨਹੀਂ ਹੈ ਕਿ ਆਪਣੀ ਸੈਕੰਡ ਕਾਉਂਸਲਿੰਗ ਨਹੀਂ ਆਏਗੀ ਸੈਕੰਡ ਕਾਉਂਸਲਿੰਗ ਵੀ ਆਏਗੀ ਉਹ ਕਿਸ ਬੇਸ ਤੇ ਆਏਗੀ ਦੇਖੋ ਜਿਵੇਂ ਹੁਣ ਆਪਣੇ ਕੋਲ ਕੈਂਡੀਡੇਟਸ ਤੇ ਹੈ 98 ਮਾਰਕਸ ਐਂਡ ਅਬੋਵ ਵਾਲੇ ਬੁਲਾ ਲਏ ਆ ਠੀਕ ਹੈ ਓਪਨ ਵਿੱਚ ਬਟ ਇਥੋਂ ਸੈਕੰਡ ਜੋ ਹੈ ਓਪਨ ਚ ਆਪਣੇ ਕੋਲ ਬੁਲਾਇਆ ਗਿਆ 96 ਤੋਂ 97 ਮਤਲਬ ਮੇਨ ਕੱਟ ਆਫ ਕਿੰਨੀ ਗਈ ਆਪਣੇ ਕੋਲ 96 ਗਈ ਹੈ ਜਰਨਲ ਦੀ ਤਾਂ ਜਦੋਂ ਆਪਣੇ ਕੋਲ ਸੈਕੰਡ ਕਾਉਂਸਲਿੰਗ ਬੁਲਾਈ ਜਾਏਗੀ ਉਹ ਇਸ ਬੇਸ ਤੇ ਬੁਲਾਈ ਜਾਏਗੀ ਕਿ ਆਪਣੇ ਕੋਲ ਜੋ ਮਾਰਕਸ ਹੈ ਇਹ 96 ਤੋਂ ਡਿੱਗਣਗੇ نیچے ਇਥੇ ਘੱਟੋ ਘੱਟ ਆਪਣੇ ਕੋਲ 3 ਮਾਰਕਸ ਦਾ ਕਾਊਂਟ ਕਰਕੇ ਚੱਲੋ 93 ਵਾਲੇ ਬੱਚੇ ਵੀ ਸਿਲੈਕਟ ਆ ਠੀਕ ਹੈ 93 ਤੱਕ ਜਿਹੜੀ ਹੈ ਕੱਟ ਆਫ ਚਾਏਗੀ ਐਡ ਲਿਸਟ ਤੱਕ ਜਦੋਂ ਤੱਕ ਆਪਣੀ ਕਾਉਂਸਲਿੰਗ ਚੱਲਦੀਆਂ ਰਹਿਣਗੀਆਂ ਕਿਉਂ ਕਿਉਂਕਿ ਵਿੱਚੋਂ ਕੁਝ ਬੱਚੇ ਜਿਹੜੇ ਆ ਫਰਸਟ ਕਾਉਂਸਲਿੰਗ ਵਿੱਚ ਸਾਇੰਸ ਦੇ ਵੀ ਸਿਲੈਕਟ ਹੋਣਗੇ ਜਦੋਂ ਸਾਇੰਸ ਦਾ ਰਿਜ਼ਲਟ ਆਏਗਾ ਉਹ ਸਾਇੰਸ ਵੀ ਕਾਉਂਸਲਿੰਗ ਕਰਵਾ ਕੇ ਆਉਣਗੇ ਠੀਕ ਹੈ ਤਾਂ ਬੱਚੇ ਕੀ ਹੈ ਮੈਥ ਚੋਂ ਸਾਇੰਸ ਜ਼ਿਆਦਾ ਜਾਂਦੇ ਆ ਉਸ ਤੋਂ ਇਲਾਵਾ ਜੂ ਲੈਂਗੁਏਜ ਹੈ ਇੰਗਲਿਸ਼ ਪੰਜਾਬੀ ਜਾਂ ਹਿੰਦੀ ਹੈ ਤਾਂ ਲੈਂਗੁਏਜ ਵੀ ਬੱਚੇ ਜ਼ਿਆਦਾ ਜਿਹੜੀ ਹੈ ਉਹ ਆਪਟ ਕਰਦੀ ਹੈ ਦਾ ਇੰਦਾ ਮਤਲਬ ਕੀ ਹੈ ਕਿ ਜਨਰਲ ਦੀ ਕੱਟ ਆਫ 93 ਜਾਏਗੀ ਐਂਡ ਜੋ ای ڈبلیو ایس سی ਕੱਟ ਆਫ ਹੈ ਉਹ ਆਪਣੇ ਕੋਲ ਇਥੇ 94 ਤੱਕ ਬੱਚੇ ਕਾਲ ਕੀਤੇ ਹੈ ਜੋ ਫਰਸਟ ਕਾਉਂਸਲਿੰਗ ਚ ਬੱਚੇ ਕਾਲ ਕੀਤੇ ਹੈ ਇਹ ਸਾਰੇ ਬੱਚੇ ਹੀ ਸਿਲੈਕਟ ਹੋਣਗੇ ਠੀਕ ਹੈ ਤਾਂ ਇਥੋਂ ਜਿਹੜੀ ਕੱਟ ਆਫ ਹੈ ਇਹਦੇ ਵਿੱਚ ਵੀ ਆਪਣੇ ਕੋਲ 94 ਤੋਂ نیچے 93 ਤੱਕ ਜਾ ਸਕਦੀ ਹੈ ਠੀਕ ਹੈ 94 ਤੋਂ 93 ਕਿਉਂਕਿ ای ਡਬਲਯੂ ਐਸ ਜੋ ਆਪਾਂ ਲਿਸਟਾਂ ਦੇ ਵਿੱਚ ਦੇਖੀ ਹੈ ਬਹੁਤ ਜ਼ਿਆਦਾ ਬੱਚੇ ای ਡਬਲਯੂ ਐਸ ਦਾ ਸਰਟੀਫਿਕੇਟ ਲੈ ਕੇ ਬੈਠੇ ਹੋਏ ਆ ਠੀਕ ਹੈ ਇਸ ਲਿਸਟਾਂ ਤੋਂ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਾਫੀ ਸਾਰੀਆਂ ਲਿਸਟਾਂ ਆਈਆਂ ਬਟ ਇੱਥੇ ਤੁਹਾਨੂੰ ਥੋੜੀਆਂ ਜਿਹੀਆਂ ਲਿਸਟਾਂ ਸ਼ੋ ਕੀਤੀਆਂ ਗਈਆਂ ਤਾਂ ਇਹਦੇ ਤੋਂ ਜਿਹੜਾ ਹੈ 94 ਤੋਂ 93 ਜੋ ای ਡਬਲਯੂ ਐਸ ਦੀ ਕੱਟਆਫ ਜਾਏਗੀ ਨੈਕਸਟ ਆਉਂਦੀ ਹੈ ਬੀ ਸੀ ਦੀ ਗੱਲ BCs 89 ਤੋਂ 95 ਤੱਕ ਸਟੂਡੈਂਟ ਬੁਲਾ ਲਏ ਗਏ ਆ ਤਾਂ ਇਹਦੇ ਵਿੱਚ ਜੋ ਹੈ 85 85 ਤੱਕ ਜੋ ਸੈਕੰਡ ਕਾਉਂਸਲਿੰਗ ਹੈ ਜੇ ਥਰਡ ਕਾਉਂਸਲਿੰਗ ਤੱਕ ਬੱਚੇ ਜਾਣਗੇ ਠੀਕ ਹੈ ਤਾਂ ਬੱਚਿਆਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ ਜੀ ਆਪਣੇ ਕੋਲ 94 ਤੱਕ ਬੱਚੇ ਬੁલાਏ ਗਏ ਆ EWS ਦੇ ਤਾਂ 93 ਵਾਲੇ ਵੀ ਆਪਣੇ ਡਾਕੂਮੈਂਟ ਰੈਡੀ ਰੱਖ ਸਕਦੇ ਆ 96 ਤੋਂ 97 ਤੱਕ ਬੁਲਾ ਲਏ ਗਏ ਆ ਤਾਂ ਇਹਦੇ ਵਿੱਚ 93 ਤੋਂ ਅਬਵ ਵਾਲੇ ਬੱਚੇ ਸਾਰੇ ਆਪਣੇ ਡਾਕੂਮੈਂਟ ਪ੍ਰਿਪੇਅਰ ਕਰਕੇ ਰੱਖ ਸਕਦੇ ਆ ਜਦੋਂ ਕਾਉਂਸਲਿੰਗ ਆਉਂਦੀ ਹੈ ਤਾਂ ਆਪਾਂ ਨੂੰ ਪਤਾ ਹੈ ਕਿ ਇੱਥੇ ਆਪਣੇ ਕੋਲ ਟਾਈਮ ਬਹੁਤ ਥੋੜਾ ਦਿੱਤਾ ਜਾਂਦਾ ਹੈ ਠੀਕ ਹੈ ਤਾਂ ਇਨੇ ਟਾਈਮ ਵਿੱਚ ਆਪਾਂ ਨੂੰ ਡਾਕੂਮੈਂਟ ਕਲੈਕਟ ਕਰਨਾ ਬਹੁਤ ਮੁਸ਼ਕਿਲ ਕੰਮ ਹੋ ਜਾਂਦਾ ਤਾਂ ਤੁਸੀਂ ਕੀ ਕਰਨਾ ਹੈ ਕਿ ਜਿਨ੍ਹਾਂ ਦੇ 93 ਪਲੱਸ ਹੈ ਠੀਕ ਹੈ ਤਾਂ ਉਹ ਬੱਚੇ ਆਪਣਾ ਡਾਕੂਮੈਂਟ ਤਿਆਰ ਕਰਕੇ ਰੱਖਣ ਨੈਕਸਟ ਕਾਉਂਸਲਿੰਗ ਜੋ ਸੈਕੰਡ ਕਾਉਂਸਲਿੰਗ ਹੈ ਇਹ ਸਾਇੰਸ ਦਾ ਰਿਜ਼ਲਟ ਪਹਿਲਾਂ ਆਪਣੇ ਕੋਲ ਡਿਕਲੇਅਰ ਹੋਏਗਾ ਫਿਰ ਆਪਣੇ ਕੋਲ ਕੀ ਹੈ ਸੈਕੰਡ ਕਾਉਂਸਲਿੰਗ ਆਏਗੀ ਫਿਰ ਇੱਕ ਹੋਰ ਇਹਦੇ ਵਿੱਚ ਆਪਣੇ ਕੋਲ ਪ੍ਰੋਬਲਮ ਆ ਰਹੀ ਹੈ ਕਾਫੀ ਕੈਂਡੀਡੇਟ ਕਹਿ ਰਹੇ ਆ ਕਿ ਮੈਥ ਦਾ ਜੋ ਰਿਜ਼ਲਟ ਹੈ ਉਹ ਰੋਂਗ ਆਇਆ ਠੀਕ ਹੈ ਜੋ 14 ਜਾਂ 15 ਕੁਐਸਚਨ ਸੀ ਉਹ ਆਪਣੇ ਕੋਲ ਰੋਂਗ ਆਨਸਰ ਦਿੱਤੇ ਗਏ ਆ ਤਾਂ ਇਹ ਬਿਲਕੁਲ ਰਾਈਟ ਹੈ ਆਪਨਾ ਜੋ ਅਨਸਰ ਸੀ ਅਨਸਰ ਕੀ ਵਿੱਚ ਕਾਫੀ ਜੋ ਪ੍ਰੋਬਲਮਸ ਪਾਈਆਂ ਗਈਆਂ ਇੰਦੇ ਰਿਗਾਰਡਿੰਗ ਕੁਝ ਬੱਚੇ ਕੇਸ ਵੀ ਲਾ ਰਹੇ ਆ ਜਾਂ ਕੇਸ ਲਗਾ ਵੀ ਦਿੱਤਾ ਗਿਆ ਜਾਂ ਕਿਵੇਂ ਵੀ ਤਾਂ ਉਹ ਕੀ ਹੈ ਇਹਦਾ ਕਾਉਂਸਲਿੰਗ ਤੇ ਕੋਈ ਪ੍ਰਭਾਵ ਨਹੀਂ ਪਾਏਗਾ ਕਾਉਂਸਲਿੰਗ ਐਜ਼ ਇਟ ਚੱਲੇਗੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਬਾਅਦ ਵਿੱਚ ਜਿਹੜੀ ਹੈ ਇਹ ਕਾਉਂਸਲਿੰਗ ਹੋਣ ਤੋਂ ਬਾਅਦ ਤਾਂ ਪਹਿਲਾਂ ਆਪਣੇ ਕੋਲ ਕਾਉਂਸਲਿੰਗ ਤੋਂ ਬਾਅਦ ਆ ਫਰਸਟ ਕਾਉਂਸਲਿੰਗ ਤੋਂ ਬਾਅਦ ਆਪਣੇ ਕੋਲ ਐਬਸੈਂਟ ਜੋ ਸਟੂਡੈਂਟ ਹੈ ਉਹਨਾਂ ਨੂੰ ਕਾਲ ਕੀਤਾ ਜਾਏਗਾ ਠੀਕ ਹੈ ਜਿਵੇਂ 2 11 ਦੀ ਕਾਉਂਸਲਿੰਗ ਹੋ ਜਾਏਗੀ ਉਸ ਤੋਂ ਬਾਅਦ ਇਹਦੇ ਵਿੱਚੋਂ ਜੋ ਕੈਂਡੀਡੇਟ ਐਬਸੈਂਟ ਹੋਣਗੇ ਉਹਨਾਂ ਨੂੰ ਕਾਲ ਕੀਤਾ ਜਾਏਗਾ ਤਾਂ ਨੈਕਸਟ ਜੋ ਹੈ ਸੈਕੰਡ ਕਾਉਂਸਲਿੰਗ ਦਾ ਪਲਾਨ ਬਣੇਗਾ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਕੋਲ ਸਾਇੰਸ ਦਾ ਰਿਜ਼ਲਟ ਆ ਜਾਏਗਾ ਠੀਕ ਹੈ ਤਾਂ ਸਾਇੰਸ ਦੇ ਰਿਜ਼ਲਟ ਆਉਣ ਨਾਲ ਹੀ ਕਾਫੀ ਪ੍ਰਭਾਵ ਜੁੜਾ ਹੈ ਮੈਥ ਦੀ ਲਿਸਟ ਤੇ ਜਾਏਗਾ ਜੇ ਵੀਡੀਓ ਪਸੰਦ ਆਵੇ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ ਮਾਈ ਵੀਡੀਓ